ਪਤਾ ਨਹੀਂ ਸਾਡੇ ਸਮਾਜ ਨੂੰ ਕੀ ਹੋਇਆ ਪਿਆ ਕਿ ਕੁਝ ਘੰਟਿਆਂ ਦੇ ਬਾਅਦ ਹੀ ਵਿਆਹ ਦਾ ਰਿਸ਼ਤਾ ਤਲਾਕ ਤੇ ਵਿੱਚ ਬਣ ਜਾਂਦਾ ਹੈ ਇਹ ਵਿਆਹ ਦਾ ਰਿਸ਼ਤਾ ਇੰਨਾ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਹੈ ਕਿ ਹੁਣ ਤਲਾਕ ਤਾਂ ਮਿੰਟਾਂ ਸਕਿੰਟਾਂ ਦੀ ਖੇਡ ਬਣ ਚੁੱਕੀ ਹੈ ਸਭ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਜਿੱਥੇ ਰਾਤ ਨੂੰ ਵਿਆਹ ਹੁੰਦਾ ਹੈ ਤੇ ਸਵੇਰੇ ਤਲਾਕ ਹੋ ਜਾਂਦਾ ਹੈ ਸੁਣ ਕੇ ਤੁਸੀਂ ਵੀ ਹੈਰਾਨ ਹੋਏ ਨਾ ਪਰਦਰ ਅਸਲ ਅਜੀਹਾ ਹੋਇਆ ਹੈ ਇੱਕ ਘਟਨਾ ਜਿਹੜੀ ਹੈ ਵਾਪਰੀ ਹੈ 12 ਘੰਟੇ ਦੇ ਬਾਅਦ ਵਿਆਹ ਤਲਾਕ ਤੇ ਵਿੱਚ ਬਦਲ ਜਾਂਦਾ ਹੈ ਮਾਮਲਾ ਜਿਹੜਾ ਹੈ ਪਟਨਾ ਦੇ ਫੁਲਵਾਰੀ ਸ਼ਰੀਫ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਕੀ 12 ਘੰਟੇ ਦੇ ਦਰਮਿਆਨ ਇੱਕ ਔਰਤ ਦੇ ਵੱਲੋਂ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਗਿਆ ਹਾਲਾਂਕਿ ਤਲਾਕ ਦਾ ਕਾਰਨ ਕੀ ਰਿਹਾ ਕੁਝ ਨਹੀਂ ਪਤਾ ਪਰ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਹੈ ਕਿ ਅਜੇ ਤਾਂ ਵਿਆਹ ਦੀਆਂ ਰਸਮਾਂ ਵੀ ਨਹੀਂ ਪੂਰੀਆਂ ਹੋਈਆਂ ਹੋਣੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਦੋਹਾਂ ਦੇ ਵਿੱਚ ਤਲਾਕ ਹੋ ਗਿਆ ਹਾਲਾਂਕਿ ਵਿਆਹ ਵੀ ਜਿਹੜਾ ਦੱਸਿਆ ਜਾ ਰਿਹਾ ਪੂਰੀ ਸਹਿਮਤੀ ਦੇ ਨਾਲ ਹੋਇਆ ਪੂਰੀ ਰੀਤੀ ਰਿਵਾਜਾਂ ਦੇ ਨਾਲ ਹੁੰਦਾ ਪਰ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਆਖਿਰਕਾਰ ਜੋ ਬਰਾਤ ਪਹੁੰਚੀ ਸੀ ਉਹਨਾਂ ਨੇ ਵਿਆਹ ਦੇ ਵਿੱਚ ਜੋ ਖਾਣਾ ਤਿਆਰ ਕੀਤਾ ਗਿਆ ਸੀ ਉਸ ਨੂੰ ਲੈ ਕੇ ਸ਼ਿਕਾਇਤ ਵੀ ਕੀਤੀ ਸੀ ਜਿਸ ਤੋਂ ਬਾਅਦ ਕੁੜੀ ਵਾਲੇ ਤੇ ਮੁੰਡੇ ਵਾਲੇ ਦੇ ਵਿਚਕਾਰ ਬਹਿਸਬਾਜ਼ੀ ਹੋਈ ਅਤੇ ਉਸ ਤੋਂ ਬਾਅਦ ਮਾਮਲਾ ਤਾਂ ਉਸ ਵੇਲੇ ਵਿਗੜ ਗਿਆ ਜਦੋਂ ਮੁੰਡੇ ਅਤੇ ਕੁੜੀ ਦੇ ਭਰਾਵਾਂ ਦੇ ਵਿਚਕਾਰ ਆਪਸ ਦੇ ਵਿੱਚ ਬਹਿਸਬਾਜ਼ੀ ਹੋਈ ਬਹਿਸ ਤੋਂ ਬਾਅਦ ਮਾਰਕੁੱਟ ਤੱਕ ਗੱਲ ਪਹੁੰਚ ਗਈ ਹਾਲਾਂਕਿ ਮਾਪੇ ਹਮੇਸ਼ਾ ਚਾਹੁੰਦੇ ਨੇ ਕਿ ਉਹਨਾਂ ਦੀ ਧੀ ਦਾ ਘਰ ਵਸੇ ਇੱਥੇ ਵੀ ਦੋਵੇਂ ਤਰ੍ਹਾਂ ਦੇ ਮਾਪਿਓ ਨੇ ਬਹੁਤ ਜ਼ੋਰ ਕੀ ਲਗਾਇਆ ਕਿ ਮਾਹੌਲ ਨੂੰ ਸ਼ਾਂਤ ਕਰਵਾਇਆ ਜਾਏ ਪਰ ਅਜਿਹਾ ਨਹੀਂ ਹੋਇਆ ਅਖੀਰ ਦੇ ਵਿੱਚ ਲਾੜੀ ਨੇ ਫੈਸਲਾ ਲੈ ਲਿਆ ਕਿ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ ਮੈਂ ਇਸ ਪਰਿਵਾਰ ਦੇ ਨਾਲ ਨਹੀਂ ਰਹਿਣਾ ਤੇ ਉਸ ਬੰਦੇ ਨੂੰ ਤਲਾਕ ਦੇ ਦਿੱਤਾ ਤੇ ਇਹ ਮਾਮਲਾ ਜਿਹੜਾ ਹੈ ਤਿੰਨ ਤਲਾਕ ਦਾ ਮਾਮਲਾ ਹੈ ਲਾੜੀ ਨੇ ਤਿੰਨ ਤਲਾਕ ਦਿੱਤਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਇਸ ਨੂੰ ਗੈਰ ਸੰਵਿਧਾਨਿਕ ਐਲਾਨਿਆ ਹੋਇਆ ਹੈ ਪਰ ਦੂਜੇ ਪਾਸੇ ਇਹ ਬੇहद ਹੈਰਾਨ ਕਰ ਦੇਣ ਵਾਲਾ ਤੇ ਬਹੁਤ ਕੁਝ ਸੋਚਣ ਨੂੰ ਮਜਬੂਰ ਕਰਦਾ ਹੈ ਕਿ ਇੱਕ ਵਿਆਹ ਦੇ ਉੱਤੇ ਕਿੰਨਾ ਜ਼ਿਆਦਾ ਹੈ ਨਾ ਪੈਸਾ ਲੱਗ ਜਾਂਦਾ ਹੈ ਲੱਖਾਂ ਰੁਪਏ ਹਜ਼ਾਰਾਂ ਰੁਪਏ ਲੱਗ ਜਾਂਦੇ ਨੇ ਤੇ ਉਸ ਵਿਆਹ ਨੂੰ 12 ਘੰਟਿਆਂ ਦੇ ਵਿੱਚਕਾਰ ਤੋੜ ਦੇਣਾ ਤੇ ਦੂਜੇ ਪਾਸੇ ਇਹ ਵੀ ਕਹਿਣਾ ਵੀ ਤੁਹਾਡੇ ਖਾਣ ਪੀਣ ਦੇ ਵਿੱਚ ਸ਼ਿਕਾਇਤ ਹੈ ਜੀ ਇਹ ਵਧੀਆਂ ਨਹੀਂ ਕਿਉਂਕਿ ਇੱਕ ਪਿਓ ਆਪਣੀ ਹੱਡ ਤੋੜਵੀਂ ਮਿਹਨਤ ساری ਉਮਰ ਕਰਦਾ ਤੇ ਉਸ ਤੋਂ ਬਾਅਦ ਧੀ ਦੇ ਵਿਆਹ ਲਈ ਜਿਹੜਾ ਨੋਟ ਜੋੜਦਾ ਤੇ ਜਦੋਂ ਉਸੇ ਖਾਣੇ ਨੂੰ ਲੈ ਕੇ ਕਿੰਤੂ ਪਰੰਤੂ ਕਰਨ ਉਹਨਾਂ ਮਾਪਿਓ ਦੇ ਉੱਤੇ ਕੀ ਬੀਤਦੀ ਹੈ ਪਰ ਉਹ ਵਿਚਾਰੇ ਮਾਪਿਓ ਜਿਹੜੇ ਐ ਚੁੱਪ ਕਰਕੇ ਸਭ ਕੁਝ ਸਹਿੰਦੇ ਨੇ ਕਾਂ ਕਿ ਉਹਨਾਂ ਦੀ ਧੀ ਦਾ ਘਰ ਬਚ ਸਕੇ ਹਾਂ ਹੁਣ ਇੱਥੇ ਜਿਹੜਾ ਤੁਹਾਨੂੰ ਸਾਰੀ ਘਟਨਾ ਦੱਸੀ ਹੈ ਇਸ ਦੇ ਵਿੱਚ ਕੁੜੀ ਦਾ ਕਸੂਰ ਹੈ ਜਾਂ ਨਹੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ